ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਮੁੰਦਰਾਂ ਨਿਸ਼ਾਨੀਆਂ ਫਕੀਰ ਦੀਆਂ ਪੱਲੇ ਪਾ ਗਈਆਂ I am actually sitting here, as you'll see a little bit later on. This is a very iconic place for so many English artists, but it is also such an iconic place for so many Asian, sort of Indian, Punjabi artists as well. This is called the Civic Hall. It's in Wolverhampton. It's in the heart of the Midlands, and it gives me great pleasure. And I have been waiting for this moment. So please welcome the legend that is Hansraj Hansraj. सारे देखन सुनने वाले भैणा भरावां नूं सत श्री अकाल आदाब नमस्कार क्या बात है सर मैरी क्रिसमस एंड हैप्पी न्यू ईयर इन्नी तंगरेजी सर आगे होनी माड़ी मोटी आ एक्चुअली देखो 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 हुण लुक लेजेंड आ देखो की आ रहा सर क्या बात है तुर दुर्गा को बलून्स भी आ रहे ने ये ब्लेसिंग्स है सिविक हॉल दे विच बैठे हैं जिथे तुसी भी काफी बारी मैं उदो महसूस करदा कि शुक्र है रब सोने का जिन्हें मैनू इतना नवाजिया जिते रब मेहरबान होवे ते पहली निशानी यही है वो अपनी मखलूक नू अपनी आवाम नू लोगां नू उन्हां दे दिल विच उस शख्स लई मुहब्बत दा बीज बीज दिंदा ते लोग उन्हूं प्यार करदे आ जदो वो नाराज हुंदा ते इक्को ही निशानी आ ਲੋਕੀ ਵਿਦਆਊਟ ਐਨੀ ਰੀਜ਼ਨ ਕਹਿੰਦੇ ਅਵੋਇਡ ਹਿਮ ਸੋ ਉਸ ਦਿਨ ਤੋਂ ਡਰਨਾ ਚਾਹੀਦਾ ਇਸ ਕਰਕੇ ਲੋਕਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਮੈਂ ਸਿੱਖਿਆ ਹੀ ਇਹਤਰਾਮੇ ਆਦਮੀ ਹੈ ਔਰ ਸਿੱਖਿਆ ਦਾ ਤੁਸੀਂ ਜ਼ਿਕਰ ਕੀਤਾ ਔਰ ਮੈਨੂੰ ਮੈਂ ਵੀ ਖੁਸ਼ ਨਸੀਬ ਹਾਂ ਤੁਹਾਡੇ ਉਸਤਾਦ ਜੀ ਹੋਣਾ ਦੇ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਔਰ ਮੈਂ ਵੀ ਚਾਹੁੰਦਾ ਸੀ ਕਿ ਜਿਨ੍ਹਾਂ ਨੇ ਹੰਸਰਾਜ ਹੰਸ ਬਣਾਇਆ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਸੰਗੀਤ ਦੀ ਇੰਨੀ ਸੇਵਾ ਕੀਤੀ ਸੀ ਉਹਨਾਂ ਨੂੰ ਵੀ ਸਾਰੇ ਦੇ ਰੂਬਰੂ ਕਰੇ ਪੂਰਨ ਸ਼ਾਹਕੋਟੀ ਜੀ ਉਹਨਾਂ ਦੇ ਸਰ ਸਰ ਪਹਿਲਾਂ ਦੱਸੋ ਕਿ ਤੁਹਾਡੀ ਉਹਨਾਂ ਦੇ ਨਾਲ ਕਿਵੇਂ ਮੁਲਾਕਾਤ ਹੋਈ ਇਹ ਵੀ ਇਤਫਾਕ ਡੈਸਟਨੀ ਕਹਿ ਲਓ ਕਿ ਮੇਰੇ ਭਾਗਾਂ ਵਿੱਚ ਕਾਮਲ ਗੁਰੂ ਦਾ ਮਿਲਣਾ ਬੜਾ ਮੁਸ਼ਕਲ ਹੈ ਦੁਕਾਨਦਾਰ ਜਗ੍ਹਾ ਜਗ੍ਹਾ ਬੈਠੇ ਹੁੰਦੇ ਆ ਕਹਿੰਦੇ ਕੱਚਾ ਗੁਰੂ ਨਾ ਫੜਿਓ ਲੋਕੋ ਸੋਹਣੀ ਡੁੱਬਣ ਲੱਗੀ ਇਹ ਕਹਿੰਦੀ ਜੇ ਮੈਂ ਕੱਚਾ ਗੁਰੂ ਨਾ ਫੜਦੀ ਤੇ ਨਾ ਅੱਜ ਦੁੱਖੜੇ ਸਹਿੰਦੀ ਸੋ ਮੇਰੇ ਚੰਗੇ ਭਾਗ ਸੀ ਮੇਰੇ ਉਸਤਾਦ ਜੀ ਮੈਨੂੰ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਮਿਲੇ ਉਹ ਉਸਤਾਦ ਮੁਰਸ਼ਿਦ ਆਪਣੀ ਮਰਜ਼ੀ ਨਾਲ ਮਿਲਦਾ ਹੈ ਸ਼ਾਗਿਰਦ ਦੀ ਮਰਜ਼ੀ ਨਾਲ ਨਹੀਂ ਜੀ ਜੀ ਉਹ ਆਪ ਮਿਹਰਬਾਨੀ ਕਰਕੇ ਸਾਡੇ ਵਰਗਿਆਂ ਨੂੰ ਆਪਣੀ ਗਲਵੱਕੜੀ 'ਚ ਲੈ ਲੈਂਦਾ ਅਤੇ ਜਿਵੇਂ ਮਾਂ ਬੱਚੇ ਨੂੰ ਲੋਰੀਆਂ ਸੁਣਾਉਂਦੀ ਸੁਣਾਉਂਦੀ ਤੋਤਲੀ ਆਵਾਜ਼ ਤੋਂ ਹੌਲੀ 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 ਸ਼ਬਦਾਂ ਦਾ ਹਰਫਾਂ ਦੀ ਪਹਿਚਾਣ ਦੱਸ ਦਿੰਦੀ ਹੈ ਬੱਚਾ ਬੋਲਣ ਲੱਗ ਪੈਂਦਾ ਚੱਲਣ ਲੱਗ ਪੈਂਦਾ ਇਸੇ ਤਰ੍ਹਾਂ ਹੀ ਉਹਨਾਂ ਦਾ ਰੋਲ ਹੈ ਮੇਰੀ ਜ਼ਿੰਦਗੀ 'ਚ ਜੀ ਔਰ ਤੁਸੀਂ ਖੁਸ਼ ਨਸੀਬ ਆ ਕਿ ਮੇਰੇ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਇੰਟਰਵਿਊ ਕੀਤਾ ਕਿਆ ਬਾਤ ਹੈ ਔਰ ਮੈਂ ਕਾਫੀ ਵਾਰੀ ਸੋਚਦਾ ਕਿ ਹੰਸਰਾਜ ਹੰਸਜੀ ਉਹਨਾਂ ਦੀ ਮਿਠਾਸ ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਅੰਦਾਜ਼ ਉਹਨਾਂ ਦੀ ਬੋਲ ਬਾਣੀ ਕਿੱਥੋਂ ਆਉਂਦੀ ਔਰ ਜਦੋਂ ਮੈਂ ਸਰ ਜੀ ਨੂੰ ਮਿਲਿਆ ਔਰ ਉਹਨਾਂ ਦਾ ਵੀ ਉਹ ਵੀ ਬੜੇ ਉਹ ਦੇਖਣ ਨੂੰ ਥੋੜੇ ਜਿਹੇ ਲੱਗਦੇ ਨੇ ਜਿੱਦਾਂ ਮਰਜ਼ੀ ਵੀ ਉਸਤਾਦ ਲੋਕ ਨੇ ਪਰ ਬੜੇ ਪਿਆਰ ਦੇ ਨਾਲ ਬੜੇ ਹੌਲੀ ਹੌਲੀ ਬੜੇ ਮਿੱਠੇ ਮਿੱਠੇ ਬੋਲਦੇ ਨੇ ਸੋ ਮੈਨੂੰ ਹੁਣ ਪਤਾ ਲੱਗਾ ਕਿ ਹੰਸ ਸਾਹਿਬ ਪਰ ਤੁਸੀਂ ਉਹਨਾਂ ਨੂੰ ਮਿਲੇ ਕਿਵੇਂ ਜਾਣ ਕਿ ਕਿੱਥੇ ਉਹਨਾਂ ਦੇ ਤੁਹਾਡੇ ਸਿਰ ਪਿਆਰ ਇੱਕ ਦਰਗਾਹ ਸੀ ਜੀ ਸਾਡੇ ਪਿੰਡਾਂ ਥਾਵਾਂ 'ਚ ਆਪਾਂ ਜੰਮੇ ਸਰ ਮੈਂ ਬੜੀ ਵਾਰੀ ਦੱਸਿਆ ਜੀ ਕਿ ਇੱਕ ਛੋਟਾ ਜਿਹਾ ਉਦਾਸ ਜਿਹਾ ਪਿੰਡ ਹੈ ਸ਼ਫੀਪੁਰ ਜੀ ਉੱਥੇ ਮੇਰਾ ਜਨਮ ਹੋਇਆ ਉੱਥੋਂ ਅਸੀਂ ਖੇਸੀਆਂ ਦੀਆਂ ਬੁੱਕਲਾਂ ਜਿਹੀਆਂ ਮਾਰ ਕੇ ਕਹਿੰਦੇ ਮੇਲਾ ਆ ਪੀਰਾਂ ਦਾ ਜੀ ਤੇ ਬਸਤੀ ਦਾਨਿਸ਼ਮੰਦ ਇੱਕ ਜਗ੍ਹਾ ਜਿੱਥੋਂ ਜਲੰਧਰ ਸ਼ੁਰੂ ਹੁੰਦਾ ਅੱਛਾ ਸਾਡੇ ਪਿੰਡੋਂ ਵੱਲੋਂ ਆਈਏ ਤੇ ਜਲੰਧਰ ਦੀ ਸ਼ੁਰੂਆਤ ਉਸ ਬਸਤੀ ਤੋਂ ਹੁੰਦੀ ਉੱਥੇ ਦਰਗਾਹ ਸੀ ਉੱਥੇ ਉਹਨਾਂ ਨੇ ਸ਼ੁਰੂ ਕੀਤਾ ਗਾਣਾ ਉਸ ਤੋਂ ਬਾਅਦ ਦਮਾ ਦਮ ਮਸਤ ਕਲੰਦਰ ਜਦੋਂ ਹੱਟ 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 ਐਸੇ ਕੀਆ ਤਾਂ ਮੈਨੂੰ ਲੱਗਾ ਕੋਈ
मेरे जिस्म दे विच एक अजीबो गरीब चरनाहट जी एक आई कांट एक्चुअली एक्सप्लेन जी एक जन के एनिग्मा जन के लोई जी तक खड़ी हो जाता पगे ਹੁੰਦੇ ਹਾਂ ਜੀ ਯਾ ਮੈਂ ਕਿਹਾ ਫਿਰ ਇਹ ਜਾੜਾਂ ਜੋਗੀ ਦੇ ਨਾਲ ਹੁਣ ਮੈਂ ਕੰਨਾਂ ਹੀ ਮੰਦਰਾ ਪਾ ਕੇ ਜੀ ਹੁਣ ਮੈਂ ਇਸ ਜੋਗੀ ਕਿਸੇ ਹੋਰ ਨਾ ਜੋਗੀ ਕੀ ਬਾਤ ਹੈ ਬਸ ਮਾਤਾ ਪਿਤਾ ਨੂੰ ਆ ਕੇ ਮੈਂ ਕਿਹਾ ਕਿ ਮੈਂ ਗਾਣੇ ਗੁਣੇ ਤੇ ਖਿਲਾਫ ਹੀ ਹੁੰਦੇ ਸੀ ਪਹਿਲਾਂ ਪਿੰਡਾਂ ਵਾਲੇ ਅੱਛਾ ਗਾਣੇ ਨੂੰ ਪਸੰਦ ਕਰਦੇ ਸੀ ਇਹ ਨਹੀਂ ਸੀ ਗਾਉਣ ਵਾਲੇ ਨੇ ਕਰ ਗਵਈਆ ਪੈਦਾ ਅੱਛਾ ਜੀ ਠੀਕ ਹੈ ਪਹਿਲਾਂ ਇਸ ਲਾਈਨ ਨੂੰ ਜੀ ਜੀ ਜ਼ਿਆਦਾ ਨਹੀਂ ਜੀ ਜੀ ਤੇ ਸਖਤ ਸੀਗੇ ਮੇਰੇ ਪਿਤਾ ਜੀ ਜੀ ਪਰ ਮੈਂ ਬਜ਼ਿਤ ਸਾਂ ਜੀ ਮੈਂ ਰੋਂਦਾ ਸੀ ਜਦੋਂ ਬੱਚਾ ਜੋ ਉਸ ਉਮਰ ਚ ਜ਼ਿੰਦਗੀ ਜਾ ਹੁੰਦਾ ਜਿਵੇਂ ਜੀ ਮੇਰੀ ਮਾਂ ਨੂੰ ਮੇਰੇ ਪਿਓ ਨੂੰ ਤਰਸ ਆ ਗਿਆ ਜੀ ਜੀ ਫਿਰ ਮੈਨੂੰ ਮੇਰੇ ਉਸਤਾਦ ਜੀ ਕੋਲ ਚੱਲ ਗਿਆ ਓਕੇ ਸਰ ਸਰ ਘਰ ਜਾ ਕੇ ਮੰਮੀ ਹੁਣਾਂ ਦੇ ਡੈਡੀ ਹੁਣਾਂ ਦੇ ਤੁਸੀਂ संगीत नू प्रेम करदे सी पर एक गाउन वाले ते हर मां प्यो ही चाहुंदा डॉक्टर बने इंजीनियर बने कोई आईएएस करे आईपीएस मेरे वालदैन ने भी सोचा होगा कि कुछ होर करे कोई गल नहीं शुक्र है उन्होंने वजह ना सारा कुछ है ये दुनिया ही उन्होंने वजह ना वेख रहे हैं इस करके मां प्यो दी झिड़कां जड़ियां दुआवां तो वध हुंदी हैं और हंस भाई जे सिंगर ना बन दे जिस उस मौके डैडी जी उन्होंने कहता भी नहीं आज हंस राज हंस की बन उन्होंने की उन्होंने काम करना भी होर फिर करना है तो डैडी दा भाई होर की काम कर सकदे जी जी पढ़ पुढ़ जांदे ते कोई जॉब ले लेंगे जी जी लेकिन आर्टिस्ट डेस्टिनी है ब्रदर जी सर कुछ भी कोई बंदा कोशिश करके जितना मर्जी दावा करी जावे मैं आ किता वो किता ये किता जितने मर्जी वड्डे तुसी अचीवर हो ये तुहानू इन्नी समझ नहीं कि इट्स ऑल डेस्टिनड ये डेस्टिनी है जी फिर छोटे वीर हंकार नहीं रह जांदा फिर रब इस गल दी समझ आ जांदी है कि मैं की कीता कुछ नहीं कीता इत अपने आप हालात बनते गए और हालात उत्थे चंगा उस्ताद मिल गया चंगे माहौल मिल गया उन्होंने आशीर्वाद मिल गया बस काम बन गया और सर हंस राज हंस तुहाडा नाम तुहाडे उस्ताद जी उन्होंने दिता जे वैसे तुहाडा अगर असीं तुहानूं मिलिए पुछ सकने कि तुहाडे एक्चुअली नाम की है मेरे मापिया ने तो होर नाम रखे सी जी सर पर फिर ਤਾਂ ਜਿਵੇਂ ਦੱਸਿਆ ਘਰ ਛੱਡਣਾ ਪਿਆ ਜੀ ਸਾਈਂ ਜੀ ਸਾਡੇ ਬਾਬਾ ਜੀ ਉਹ ਵੀ ਕਹਿੰਦੇ ਰੰਗ ਬੜਾ ਇਹਦਾ ਗੋਰਾ ਜਿਹਾ ਹੰਸ ਦਾ ਹੋ ਗਿਆ ਕੀ ਬਾਤ ਹੰਸ ਦੇ ਪੰਛੀ ਇੱਕ ਪੰਛੀ ਦਾ ਨਾਮ ਪਤਾ ਨਹੀਂ ਉਹਦੀ ਕ੍ਰੀਏਸ਼ਨ ਦਾ ਨਾਮ ਹੋਏਗਾ ਅੱਛਾ ਤੇ ਫਿਰ ਹੰਸ ਰਾਜ ਕਹਿਣ ਲੱਗ ਪਿਆ ਜਦੋਂ ਰਿਕਾਰਡ ਆਇਆ ਉਹ ਕਹਿੰਦੇ ਯਾਰ ਇਹ ਤਾਂ ਨਾਂ ਏਦਾਂ ਲੱਗਦਾ ਜਿੱਕੋ ਕਿਸੇ ਹਲਵਾਈ ਦਾ ਹੁੰਦਾ ਜਦੋਂ ਰਿਕਾਰਡ ਬਣਿਆ ਪਹਿਲਾਂ ਜੀ ਜੀ ਤੇ ਫਿਰ ਉਹਨਾਂ ਨੇ ਕਿਹਾ ਇਹਦਾ ਨਾਂ ਹੰਸ ਰਾਜ ਹੰਸ ਰੱਖ ਦਿਓ ਵੈਸੇ ਮੇਰਾ ਨਾਂ ਜੋਰਾਵਰ ਰੱਖਿਆ ਸੀ ਓਹੋ ਹਾਂ ਮੇਰੀ ਮਾਂ ਨੇ ਇਹ ਰੱਖਿਆ ਸੀ ਜੋਰਾਵਰ ਲਵਲੀ ਨੇਮ ਜੀ ਉਹ ਮੇਰਾ ਤਾਂ ਨਹੀਂ ਨਾਂ ਹੋ ਸਕਿਆ ਜੇ ਰੱਬ ਨੇ ਚਾਹਿਆ ਨਵਰਾਜ ਸਿੰਘ ਮੇਰਾ ਮੁੰਡਾ ਬੇਟਾ ਹੈ ਓ ਯੈਸ ਉਹਦੇ ਜੀ ਬੇਟਾ ਬੇਟੇ ਦੀ ਦਾਤ ਬਖਸ਼ੀ ਤਾਂ ਅਸੀਂ ਪਹਿਲਾਂ ਹੀ ਨਾਂ ਇਹ ਰੱਖਿਆ ਜੋਰਾਵਰ ਸਿੰਘ ਕਿਆ ਬਾਤ ਹੈ ਬਹੁਤ ਅੱਛਾ ਜੀ ਸਰ ਔਰ ਤੁਸੀਂ ਪਹਿਲੇ ਰੈਕਰਡ ਦੀ ਜ਼ਿਕਰ ਕੀਤਾ ਹੰਸ ਭਾਜੀ ਉਹ ਉਸ ਬਾਰੇ ਦੱਸੋ ਕਿ ਉਸ ਜ਼ਮਾਨੇ ਦੇ ਵਿੱਚ ਪਹਿਲਾ ਰੈਕਰਡ ਬਣਾਉਣਾ ਉਸ ਟਾਈਮ ਇੱਕ ਦੋ ਕੰਪਨੀਆਂ ਦੇ ਸਭ ਤੋਂ ਵੱਡੀ ਕੰਪਨੀ ਸੀ ਐਚ ਐਮ ਵੀ ਜੀ ਜੀ ਤੇ ਅੱਜ ਕੱਲ੍ਹ ਤੇ ਹੁਣ ਬੜਾ ਈਜ਼ੀ ਹੋ ਗਿਆ ਕੰਮ ਜੀ ਤੁਸੀਂ ਆਪਣੀ ਆਡੀਓ ਕਰੋ ਵੀਡੀਓ ਕਰੋ ਟੈਲੀਵਿਜ਼ਨ ਤੇ ਜਿੰਨਾ ਮਰਜ਼ੀ ਚਲਾਓ ਹੈਮਰਿੰਗ ਜਿੰਨਾ ਕੁ ਯਾਨੀ ਤੁਸੀਂ ਕਰ ਸਕਦੇ ਅਫੋਰਡ ਜੀ ਕਰਦੇ ਉਦੋਂ ਬਹੁਤ ਭਾਗਾਂ ਵਾਲਾ ਬੰਦਾ ਹੁੰਦਾ ਸੀ ਜਿਹਦਾ ਰਿਕਾਰਡ ਬਣਦਾ ਸੀ ਜੀ ਸਰ ਤੇ ਜਿਹਦਾ ਰਿਕਾਰਡ ਬਣ ਜਾਂਦਾ ਸੀ ਤੇ ਫਿਰ ਹੋਰ ਸ਼ੱਕ ਨਹੀਂ ਸੀ ਹੁੰਦੀ ਵੀ ਇਹ ਗਵੱਈਆ ਨਹੀਂ ਹੈ ਸਿੰਗਰ ਇਹ ਗੱਲ ਸੀ ਜੀ 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 ਹਿਜ਼ ਮਾਸਟਰਸ ਵਾਇਸ ਕੁੱਤੇ ਵਾਲੀ ਕੰਪਨੀ ਜਿਹੜੀ ਕਹਿੰਦੇ ਆ ਉਹ ਯੈਸ ਮੇਰੇ ਦੋਸਤ
दोस्त ही काम आते हैं। मेरा दोस्त सतनाम सिंह गिल है, अच्छा गिल्ला पिंड है साढ़े पिंड के नाम, मेरा क्लास फैलो सी। उन्हें क्या यार बंदा बहुत ही यानी स्ट्रगल जान ही नहीं छड़ रही, संघर्ष की जान नहीं छड़ रहा। मैं पैदल फिरना, सुपने देखते दे रहना, तो होंगे ना तुरया तुरया जा फरीदा, तुरया तुरया जा, जे कोई मिल जाए रब का बख्शा तो तू भी बख्शा। सो आप निकल तुरते सी जी सर, सवेर तो लैके शाम तक सुपने बुनी जाइए सी, तो सपन की तबीर मेरे दोस्तों ने रख के खड़ा दिखाई मैं बहुत। मेरे उस मेरे प्यारे वीर सतनाम सिंह गिल ने पहला रिकॉर्ड मेरा उदो प्रोड्यूस किया, तो रिकॉर्ड के पिछे नाम लिखा हुआ कोलैबोरेशन विद गिल को जी। और के कौन सा सानू थोड़े याद करा, 83 चो रिकॉर्ड आया पहला जी सर। सुन गुनगुना दो 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 लफ्ज प्लीज साडे वास्ते सर। पहला गीत सी जोगियां दे कन्ना विच कच दियां मुंदरां, जोगियां दे कन्ना विच कच दियां मुंदरां, मुंदरां निशानियां फकीर दियां, पल्ले पा गईयां फकीरी अखां हीर दियां, सानू दे गईयां फकीरी अखां हीर दियां। जोगियां दे कन्ना विच कच दियां मुंदरां, जोगियां दे कन्ना विच कच दियां मुंदरां, मुंदरां दे विच तेरा मुंह दिसदा, वे मैं जेड़े पासे वेखां मैनू तू दिसदा, जेड़े पासे वेखां मैनू तू दिसदा। ये पहला गाना मेरा जिंदगी दा सुपर हिट हिट हो गया, सुपर हिट। बस फिर उस टाइम सुपर हिट का काम भी चल गया। क्या बात है, सारे जहान च फिरन लग पाए जी जी जी। अही तो दानिशमंद जो आ जाते ही अही सोचते पता नहीं कितने आ गए, जैसे देखो बलैत कनेडा पता ही नहीं जी जी। और हंस भाजी आज मेरे साईं जी ने एक कही सी गल, उस्ताद जी ने भी कहते तू वाई जहाजा तो एक दिन आएगा अक जाएगा, कोठियां कारा तो अक जाएगा। क्या बात। एक बार मैं अपने उस्ताद जी ने कहा कि आज जी ट्रॉफी है शील्ड जी कभी मैनु भी मिलेगी, कहते बेटे रखने लिए जगह नहीं रहेगी। हाँ लेकिन सबर करो, सबर करना पड़ेगा, वो कोरस पूरा करना पड़ेगा जी। जे वो कोरस पूरा जिन्हें नहीं किया वो ना आरदा ना पारदा जी। कहते कई सोहनिया विच थलां दे रुलियां, कई सोहनिया दरियावी डुबिया खान पुनन नू पाल दिया, कई सस्सिया विच थला दे सड़िया उन्नू यार दा नाम चताल दिया, कई हीरा विच झंग दे रुलिया रांझू यार पुकार दिया, गुलाम फरीदा जड़िया अद विच मुड़िया ना आर दिया ना पार दिया। उन्होंने कहा सबर करो बेटे, इबादत करो। कोई शेर भी गा लेंगे इबादत कर, इबादत करन दे नाल गल बनदी है जी जी, किसी दी अज बनदी है किसी से कल बनदी है। ऑब्वियसली जोगियां दे कन्ना विच हीर सर। और उस वेले दे सिंगर कौन कौन सिंगे जिन्हां दे उस टाइम उस टाइम दे बड़े 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 पहाड़ दी तरह से जिन्हां दे देख दे सोच नहीं सकदे मेरे वर्गे दा भी बेचारे दा नाम है जी जी। यानी उदों मोहम्मद सदीक, रणजीत कौर, कुलदीप माणक साहब, शिंदा साहब, जगमोहन केदीप, केदीप सुरेंद्र शिंदा साहब जी जी, ये सब लोग बहुत। पर तुहाडा सर जिहड़ा स्टाइल सी एक वखरा सी उहनां दे नाल, ऑब्वियसली वो तुहाडी गायकी दे विच बहुत सेमी क्लासिकल जिद्दां कि तुसीं हुण भी गाउंदे हो। उदों दुगाना गायकी ना जिहड़ी जी एक लड़की नाल गाउंदी हुंदी सी जी जी, ड्यूएट। हां ड्यूएट जी जी। ਮੈਨੂੰ ਕਦੀ ਵੀ ਚੰਗਾ ਨਹੀਂ ਸੀ ਲੱਗਦਾ, ਮੈਂ ਇਕੱਲਾ ਹੀ ਆਪਣਾ ਤਾਂ ਤੁਹਾਡੇ ਦਿਲ ਦੇ ਵਿੱਚ ਉਦੋਂ ਆਏ ਨੀ ਕਿ ਮੈਂ ਵੀ ਕਰਕੇ ਸਾਰੇ ਗਾਉਂਦੇ ਮੈਂ ਵੀ ਡੂਇਟ ਕਰੀ ਲੈਂਦੇ ਸੀ। ਬੜਾ ਈਜ਼ੀ ਆ ਜੀ, ਲੁਧਿਆਣੇ ਦਫ਼ਤਰ ਖੋਲਣਾ ਹਾਂਜੀ, ਇੱਕ ਗਾਉਣ ਵਾਲੀ ਨਾਲ ਸੈੱਟ ਬਣਾ ਲਾ ਕੰਮ ਬਣ ਜਾਣਾ। ਮੈਂ ਕਿਹਾ ਨਹੀਂ, ਇਕੱਲੇ ਹੀ ਫਕਰਾਂ ਨੇ ਗਾਉਣਾ, ਰਹਿਣਾ ਵੀ ਜਲੰਧਰ ਹੀ ਹੈ ਜੀ, ਜਾਣਾ ਨੀ ਕਿਤੇ। ਕਿਆ ਬਾਤ, ਉੱਥੋਂ ਹੀ ਫਿਰ ਸਾਰਾ ਹੌਲੀ ਹੌਲੀ ਤਰਸ ਆ ਗਿਆ ਗਾਇਕੀ ਤੇ, ਜਾਣ ਕੇ ਇੰਨਾ ਵਿਸ਼ਵਾਸ, ਤਰਸ ਆ ਗਿਆ। ਪਤਾ ਨੀ ਵਿਸ਼ਵਾਸ ਸੀ ਜੀ, ਮੁਹੱਬਤ ਸੀ, ਇਸ਼ਕ ਪਰਮਾਤਮਾ ਦੇ। ਮੇਰਾ ਮੁਰਸ਼ਿਦ ਖਾਨਾ ਉੱਥੇ ਸੀ ਜੀ 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 ਜੀ। ਹੁਣ ਮੈਨੂੰ ਪਤਾ ਜੀ ਕਿ ਮੈਨੂੰ ਕਿਹੜੀ ਚੀਜ਼ ਕਿਤੇ ਜਾਣ ਨਹੀਂ ਸੀ ਦਿੰਦੀ ਜੀ ਸਰ। ਆ ਗੱਲ ਕਰਦੇ ਕਰਦੇ ਮੈਨੂੰ ਖਿਆਲ ਆਇਆ, ਕਿਆ ਬਾਤ, ਕਿ ਕਿਹੜੀ ਚੀਜ਼ ਸੀ ਜਿਹੜੀ ਮੈਨੂੰ ਜਲੰਧਰੋਂ ਮਿਲ ਜਾਣੀ, ਕਿਉਂਕਿ ਮੇਰੇ ਸਤਿਗੁਰੂ ਉੱਥੇ ਸੀ। ਜਿੱਥੇ ਮਹਿਬੂਬ ਹੋਵੇ
गुलाम फरीदा उत्थां बसीए जिथे यार नजर, गुलाम फरीदा उत्थे बसना की जिथे यार नजर ना आवे। जी जी और उन्होंने तुहानू परमात्मा ने वो मैं बस मोहब्बत सी मेनू कोई ना आंदा कि मैं ना पैसे चाहिए सी ना दौलत ना शोहरत किसी चीज की लोड़ नहीं सी जी। इश्क सीगा इश्क दा एक कतरा उन्होंने पाता सी मालिक ने जिन्हों इश्क मिल गया उन्हें होर की लेना जी। ये तो बायो प्रोडक्ट है, बायो प्रोडक्ट है पैसे पुसे है सफर तो दूसरे शोहरत ताड़ियां शाड़ियां जी इश्क दा पर इश्क बहुत बड़ी शै है। हम सब को इस एहसास जान के थोड़ी देर बाद विच आए क्योंकि एक टाइम से दस गलियां दे विच एहसास आवारा फिरदे सी जान के एहसास नहीं जुनून मजनू नु एहसास नहीं हुंदा की कर रहा है कैस नु जदन एहसास हो गया होश आ गया ਉਹਨੂੰ ਕੀ ਪਤਾ ਫਿਰ ਉਹਨੂੰ ਪਤਾ ਲੱਗੇਗਾ ਮੈਂ ਟਾਈਮ ਵੇਸਟ ਕਰ ਰਿਹਾ ਇੱਕ ਲੈਲਾ ਲਈ ਉਹਨੂੰ ਹੋਸ਼ ਨਹੀਂ ਹੁੰਦਾ ਤਾਂ ਇੰਟਲੈਕਟ ਨਹੀਂ ਕੰਮ ਕਰਦਾ ਮੈਂ ਵੀ ਦੀਵਾਨਾ ਵਾਰ ਫਿਰਦਾ ਸੀ ਤੇ ਬੜਾ ਅਹਿਸਾਸਮੰਦ ਬੰਦੇ ਬਹੁਤ ਅਹਿਸਾਸਮੰਦ ਅਸੀਂ ਜਜ਼ਬਾਤੀ ਹੋਣਾ ਜੇ ਫਿਰ ਤਾਂ ਬਹੁਤ ਅੱਛੀ ਗੱਲ ਹੈ ਜੇ ਇੰਟਲੈਕਟ ਹੈਵੀ ਰੱਖਣਾ ਦਿਮਾਗੀ ਕੈਲਕੂਲੇਟਿਵ ਲੋਕ ਹੈ ਜਿਹੜੇ ਕਰੀਅਰ ਦਾ ਪਲੈਨ ਕਰਦੇ ਬਕਾਇਦਾ ਵੈਸਾ ਮੇਰਾ ਕੁਛ ਨਹੀਂ ਸੀ ਨਾ ਕੋਈ ਲੰਬੀਆਂ ਚੌੜੀਆਂ ਖਵਾਹਿਸ਼ਾਂ ਸੀ ਬਸ ਉਹਦੇ ਕਦਮਾਂ ਚ ਬਹਿ ਜਾਈਦਾ ਸੀ ਆਪਣੇ ਮਾਲਕਾਂ ਦੇ ਇੱਕ ਰੂਹਾਨੀ ਉਸਤਾਦ ਉਹਨਾਂ ਦੇ ਜਿਹੜੇ ਰੂਹਾਨੀ ਗੁਰੂ ਸਾਈਂ ਜੀ ਸੀ ਉਸਤਾਦ ਜੀ ਦੇ ਉਹਨਾਂ ਕੋਲੋਂ ਛੱਡਿਆਉਂਦੇ ਸੀ ਤਾਂ ਮੈਂ ਸੂਫੀ ਤਾਂ ਮੈਨੂੰ ਸੂਫੀਜ਼ਮ ਦਾ ਲਟਕ ਪਈ ਉਹਨਾਂ ਦਾ ਨਾਮ ਸਾਡੇ ਨਾਲ ਤੁਸੀਂ ਸ਼ੇਅਰ ਕਰੋ ਉਹ ਨਕੋਦਰ ਸ਼ਹਿਰ ਚ ਹੁੰਦੇ ਬਾਪੂ ਲਾਲ ਬਾਦਸ਼ਾਹ ਔਰ ਲਾਡੀ ਸ਼ਾਹ ਲਾਡੀ ਸ਼ਾਹ ਦੇਵੀ ਗੁਰੂ ਸੀ ਬਾਪੂ ਲਾਲ ਬਾਦਸ਼ਾਹ ਅੱਛਾ ਬਾਬਾ ਮੁਰਾਦ ਸ਼ਾਹ ਮਤਲਬ ਗੁਰੂਆਂ ਵਾਂਗ ਸੀ ਲਾਲ ਬਾਦਸ਼ਾਹ ਤੇ ਗੁਰੂ ਸੀ ਬਾਬਾ ਮੁਰਾਦ ਸ਼ਾਹ ਜਿਹੜੇ ਲਾਡੀ ਸ਼ਾਹ ਸੀ ਉਹਨਾਂ ਦੇ ਮੇਰੇ ਉਸਤਾਦ ਜੀ ਚੇਲੇ ਸੀ ਤੇ ਬਾਪੂ ਲਾਲ ਬਾਦਸ਼ਾਹ ਸਾਰਿਆਂ ਦੇ ਸੀਨੀਅਰ ਸੀ ਤੇ ਇਹ ਵੀ ਸੇਵਾ ਉਹਨਾਂ ਦੀ ਕਰਦੇ ਹੁੰਦੇ ਸੀ ਉੱਥੋਂ ਮੈਨੂੰ ਪਤਾ ਲੱਗਾ ਬਾਬਾ ਬੁੱਲੇ ਸ਼ਾਹ ਇੱਦਾਂ ਦਾ ਹੀ ਮੈਂ ਕਿਹਾ ਹੋਣਾ ਸ਼ਾਹ ਸਾਹ ਨੇ ਇਸ ਤਰ੍ਹਾਂ ਦਾ ਹੀ ਹੋਣਾ ਯਾਰ ਜਿਹਨੇ ਮਜ਼ਹਬ ਵੀ ਨਹੀਂ ਪੁੱਛਿਆ ਮੇਰਾ ਜ਼ਾਤ ਨਹੀਂ ਪੁੱਛੀ ਜਾਂ ਸਰਨਾਵਾਂ ਨਹੀਂ ਪੁੱਛਿਆ ਉਹਨੇ ਕਿਹਾ ਬੇਟੇ ਗਾਣਾ ਵੀ ਸਿਖਾ ਦਾਂਗੇ ਤੇ ਲੰਗਰ ਵੀ ਬਥੇਰਾ ਤੇ ਸੌਣ ਲਈ ਵੀ ਛੱਤ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਖੁਦ ਕਹਿੰਦੇ ਹੁੰਦੇ ਸੀ ਮੁਝੇ ਕਿਆ ਪਤਾ ਥਾ ਕਿ ਉਹ ਭੀਖ ਵੀ ਪਹਿਚਾਨ ਕਰ ਦੇਣਗੇ ਗਰ ਮੁਝੇ ਇਲਮ ਹੋਤਾ ਤੋ ਮੈਂ ਆਪਣੀ ਵਾਕਫੀਅਤ ਸਾਥ ਲਾਤਾ ਮੁਝੇ ਕਿਆ ਪਤਾ ਥਾ ਉਹ ਭੀਖ ਵੀ ਪਹਿਚਾਨ ਔਰ ਭਾਜੀ ਓਬਵੀਅਸਲੀ ਤੁਹਾਨੂੰ ਹੁਣ ਅਹਿਸਾਸ ਹੋਇਆ ਔਰ ਤੁਸੀਂ ਲਾਲ ਪਾਤਸ਼ਾਹ ਜੀ ਉਹਨਾਂ ਦੀ ਗੱਲ ਕੀਤੀ ਔਰ ਸੰਗੀਤ ਦੀ ਦੁਨੀਆਂ ਦੇ ਵਿੱਚ ਤੁਸੀਂ ਫਿਲਮਿੰਗ ਵੀ ਕੀਤੀ ਅਨੀਤਾ ਰਾਜ ਦੇ ਨਾਲ ਤੁਹਾਡੀ ਫਿਲਮ ਸੀ ਮੈਂ ਦੇਖੀ ਆ ਖੁਦ ਦੇਖੀ ਆ ਔਰ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਦੇਖੀ ਓਬਵੀਅਸਲੀ ਸੰਗੀਤ ਦੇ ਵਿੱਚ ਤੁਸੀਂ ਦਰੁਸਤ ਹੋ ਗਏ ਔਰ ਫਿਲਮ ਇੰਡਸਟਰੀ ਦੇ ਵਿੱਚ ਕਿਵੇਂ ਤੁਹਾਨੂੰ ਆਉਣ ਦਾ ਮੌਕਾ ਮਿਲਿਆ ਫਿਲਮ ਇੰਡਸਟਰੀ 'ਚ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਨੇ ਇੱਕ ਹਿੰਦੀ ਫਿਲਮ 'ਚ ਮਿਊਜ਼ਿਕ ਦੇਣਾ ਸੀ ਐਜ਼ ਅ ਮਿਊਜ਼ਿਕ ਡਾਇਰੈਕਟਰ ਮੇਰਾ ਖਿਆਲ ਉਹਨਾਂ ਦੀ ਪਹਿਲੀ ਫਿਲਮ ਸੀ ਕੱਚੇ ਧਾਗੇ ਕੱਚੇ ਧਾਗੇ 'ਚ ਰਾਹਤ ਸਾਹਿਬ ਨੇ ਮੈਨੂੰ ਦੱਸਿਆ ਕਿ ਜਦੋਂ ਇਹ ਗਾਣਾ ਬਣਾਇਆ ਨਾ ਇਸ਼ਕੇ ਦੀ ਗਲੀ ਵਿੱਚ ਕੋਈ ਕੋਈ ਲੰਘ ਲੰਘਦਾ ਉਹਨੇ ਕਿਹਾ ਹੰਸ ਗਾਵੇ ਤਾਂ ਅੱਛਾ ਲੱਗੇਗਾ ਫਿਰ ਮੈਨੂੰ ਜਲੰਧਰੋਂ ਬੁਲਾਇਆ ਉਹਨਾਂ ਨੇ ਗਾਇਆ ਕੈਸੇ ਲੋਕ ਸਨ ਉਹ ਲੋਕ ਕਿ ਕਿਸੇ ਹੋਰ ਬਾਰੇ ਸੋਚਣਾ ਲੋਕੀ ਖੁਦ ਪਸੰਦ ਹੈ ਲੋਕਾਂ ਨੂੰ ਆ ਖਾਸ ਤੌਰ 'ਤੇ ਗਵੱਈਆ ਦੂਸਰੇ ਗਵੱਈਏ ਨੂੰ ਬੜਾ ਨਹੀਂ ਇੱਦਾਂ ਕਰਦਾ ਜੀ 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 ਉਹ ਦਰਵੇਸ਼ ਸਨ ਨੁਸਰਤ ਫਤਿਹ ਅਲੀ ਖਾਨ ਮੈਂ ਕਿਹਾ ਫਿਰ ਆਪਾਂ ਤਾਂ ਮੁਜਰਮ ਹੀ ਹੋਏ ਮਿਊਜ਼ਿਕ ਜੱਜ ਕਾਹਦੇ ਫਿਰ ਉਹ ਤਸ਼ਰੀਫ ਲਿਆ ਰਿਹਾ ਸੀ ਇਸੇ ਤਰ੍ਹਾਂ ਹਾਲ ਆ ਨਾ ਜਿਵੇਂ ਹਾਲ ਦੇ ਵਿੱਚ ਜਦੋਂ ਆਉਂਦੇ ਮੈਂ ਵੇਖੇ ਮਿਲਿਆ ਫਿਰ ਉਹਨਾਂ ਨੇ ਕਿਹਾ ਕਿ ਸਾਰੇ ਜੱਜਿਸ ਦਾ ਜਦੋਂ ਡਿਕਲੇਅਰ ਕਰਦੇ ਨਾ ਫੈਸਲਾ ਕਿਹੜਾ ਕਿਹਨੂੰ ਨੰਬਰ ਵਨ ਕੱਢਿਆ ਕਿਆ ਸਾਰੇ ਜੱਜਿਸ ਤੋਂ ਵਿਊਜ਼ ਲੈਂਦੇ ਆ ਮੈਨੂੰ ਖਾਨ ਸਾਹਿਬ ਕਹਿੰਦੇ ਯਾਰ ਵਿਊਜ਼ ਨੂੰ ਛੱਡ ਤੂੰ ਤਾਂ ਇੱਕ ਗਾਣਾ ਸੁਣਾ ਦੇ ਕਿਆ ਬਾਤ ਮੈਂ ਤੈਨੂੰ ਸੁਣਿਆ ਨਹੀਂ ਮੈਂ ਇੱਕ ਗਾਣਾ ਸ਼ੁਰੂ ਕੀਤਾ ਇੱਕ ਗਾਣਾ ਸ਼ੁਰੂ ਕੀਤਾ ਕਈ ਉੱਥੇ ਗਾਣੇ ਗਾਉਣੇ ਪਏ ਇਹ ਸਾਰੇ ਬਰਮਿੰਗਮ ਨੂੰ ਪਤਾ ਮਿਡਲੈਂਡ ਜਿਹੜੇ ਉਦੋਂ ਆਏ ਹੋਣਗੇ ਉਹਦੀਆਂ ਵੀਡੀਓ ਵੀ ਆ ਤੇ ਉੱਥੇ ਮੇਰੇ 8 ਸ਼ੋਅ ਬੁੱਕ ਹੋ ਗਏ ਇੱਕ ਬਰਮਿੰਗਮ ਉਹ ਖਾਨ ਸਾਹਿਬ ਤਾਂ ਸ਼ੁਰੂ ਤੋਂ ਮੇਰੇ ਲਈ ਬੈਨੀਫਿਸ਼ਲ ਹੈ ਕਿਆ ਬਾਤ ਇਸ ਕਰਕੇ ਉਹਨਾਂ ਦਾ ਨਾਮ ਮੈਂ ਹਮੇਸ਼ਾ ਲੈਣਾ ਅਦਬ ਔਰ ਇਹਤਰਾਮ ਦੇਣਾ ਔਰ ਉਸ ਤੋਂ ਬਾਅਦ ਖਾਨ ਸਾਹਿਬ ਜੋ ਕਿ ਵਾਸ਼ਿੰਗਟਨ ਦੇ ਵਿੱਚ ਸੀ ਉਹਨਾਂ ਦੇ ਮੰਸ ਵਾਸ਼ਿੰਗਟਨ ਔਰ ਉਸ ਤੋਂ ਬਾਅਦ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਉਹ ਉਸ ਉਹਨਾਂ ਤੋਂ ਬਾਅਦ ਤੁਹਾਨੂੰ ਉਸ ਵਾਸਤੇ ਮੈਂ ਵੀ ਹਾਂਜੀ ਉੱਥੇ ਵੀ ਸੈਨੋਜ਼ੇ ਸਟੇਟ ਯੂਨੀਵਰਸਿਟੀ ਵਿਜ਼ਿਟਿੰਗ ਪ੍ਰੋਫੈਸਰ ਜੀ ਰੀਸੈਂਟਲੀ ਹੁਣ ਮੈਂ ਨਾਰਥ ਕੈਰੋਲਾਈਨਾ ਲਾਸਟ ਈਅਰ ਸੀਗਾ ਯੂਨੀਵਰਸਿਟੀ ਜੀ ਤੇ ਬੱਚਿਆਂ ਨੂੰ ਥੋੜਾ ਬਹੁਤਾ ਜਿੰਨਾ ਕੁ ਮੈਨੂੰ ਇਲਮ ਹੈ ਉਹ ਸਿਖਾਈਦਾ ਵੀ ਹੈ
ਡੈਮੋਸਟ੍ਰੇਸ਼ਨ ਤੋਂ ਇਲਾਵਾ ਗਾਣਾ ਗੁਣਾ ਗਾ ਕੇ ਤੇ ਫਿਰ ਉੱਥੇ ਸ਼ੋਅ ਵੀ ਕਰੀਦਾ ਜੀ ਪ੍ਰਚਾਰ ਹੈ ਕਿਸਮ ਦਾ ਭਾਈ ਜਾਨ ਜੀ ਜੀ ਪ੍ਰਚਾਰ ਆ ਪ੍ਰਚਾਰ ਲਈ ਮੈਂ ਪਹਿਲੇ ਤੁਸੀਂ ਕਾਫੀ ਇਨਵੋਲਵ ਹੋ ਇਸ ਪ੍ਰੋਸੈਸ ਦੇ ਹਾਂ ਮੈਂ ਚੱਲ ਮੇਰਾ ਮੇਰੀ ਜ਼ਿੰਦਗੀ ਆ ਪੀਸ ਔਰ ਅਮਨ ਦਾ ਮੈਸੇਜ ਦਿੰਦੇ ਰਹਿਣਾ ਸੂਫੀਆਂ ਦੀ ਜ਼ਿੰਦਗੀ ਸਾਰੀ ਉਹ ਸਾਰੀ ਯੂਨੀਵਰਸ ਲਈ ਦੁਆ ਕਰਦੇ ਆ ਮੈਂ ਸੂਫੀ ਤਾਂ ਨਹੀਂ ਹਾਂ ਨੋਰਮਲ ਬੰਦਾ ਹਾਂ ਸਿੰਗਰ ਹੈ ਇੱਕ ਲੇਕਿਨ ਮੇਰੀ ਖਵਾਹਿਸ਼ ਹੈ ਕਿ ਜੋ ਵੀ ਮੈਂ ਕੰਮ ਕਰਾਂ ਲੱਗੇ ਕਿ ਉਹ ਕਿਸੇ ਨੂੰ ਮੰਨਣ ਵਾਲਾ ਆ ਕਿਸੇ ਦੇ ਨਾਮ ਦਾ ਪਟਾ ਗੱਲ ਚ ਹੈਗਾ ਇਹ ਅਵਾਰਾ ਨੀ ਕੁੱਤਾ ਹੱਥ ਹੈਗਾ ਕਿਸੇ ਦਾ ਇਹਨਾਂ ਦੇ ਸਿਰ ਤੇ ਕਹਿੰਦੇ ਕੁੱਤਾ ਤੇਰੇ ਦਰ ਦਾ ਮੈਨੂੰ ਸਮਝ ਕੇ ਦੇ ਮੇਰੇ ਸਾਹਿਬਾ ਕੋਈ ਦੁਰਕਾਰ ਦਾ ਨਹੀਂ ਜਿਹੜੇ ਦਰ ਜਾਵਾਂ ਜਾ ਕੇ ਬੋਲ ਆਵਾਂ ਤੇਰਾ ਸਮਝ ਕੇ ਕੋਈ ਮੈਨੂੰ ਮਾਰ ਦਾ ਨਹੀਂ ਮਹਿੰਦੀ ਸ਼ਗਨਾਂ ਦੀ ਆਈ ਸੀ ਮਹਿੰਦੀ ਸ਼ਗਨਾਂ ਦੇ ਵਿੱਚ ਮਲਕੀਤ ਸਿੰਘ ਸਾਹਿਬ ਗੋਲਡਨ ਸਟਾਰ ਉਹ ਵੀ ਸਨ ਅਨੀਤਾ ਰਾਜ ਹੀਰੋਇਨ ਸੀ ਬੀਸੀ ਸਤਰੂ ਸੀ ਜੀ 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 ਰਿਹਾਉਸ ਰਾਈਡਿੰਗ ਕਰ ਲੈਂਦਾ ਸੀ ਲੇਕਿਨ ਮੈਨੂੰ ਮਿਊਜ਼ਿਕ ਜਿਵੇਂ ਮੈਂ ਤੁਹਾਨੂੰ ਦੱਸਿਆ ਇਸ਼ਕ ਜਿਹੜਾ ਮੁਹੱਬਤ ਹੈ ਨਾ ਮੈਨੂੰ ਸੁਰ ਨਾਲ ਹੈ ਮੈਂ ਸੋਚਿਆ ਕਿ ਜਿਸ ਕੰਮ ਜਿਹੜਾ ਕੰਮ ਮੈਨੂੰ ਸੰਗੀਤ ਤੋਂ ਥੋੜਾ ਦੂਰ ਲਿਜਾਂਦਾ ਜੀ ਤੇ ਉਹਦੇ ਤੋਂ ਥੋੜੇ ਜਿਹਾ ਦੂਰ ਹੋ ਜੀ ਜੀ ਔਰ ਤੁਹਾਡੇ ਦੋਨੇ ਸਾਹਿਬਜ਼ਾਦੇ ਇਸ ਵੇਲੇ ਯੁਵਰਾਜ ਔਰ ਨਵਰਾਜ ਦੋਨੇ ਫਿਲਮਿੰਗ ਇੰਡਸਟਰੀ ਦੇ ਵਿੱਚ ਔਰ ਉਹ ਜ਼ਿਆਦਾ ਐਕਟਿੰਗ ਵੱਲ ਨੇ ਸੰਗੀਤ ਵੱਲ ਥੋੜੇ ਨੇ ਆਬਵੀਅਸਲੀ ਯੁਵਰਾਜ ਦਾ ਗਾਣਾ ਪਾਣੀ ਹੁਣ ਸਮਾਂ ਚੇਂਜ ਹੋ ਗਿਆ ਜੀ ਜੀ ਹੁਣ ਬੱਚੇ ਮੈਨੇਜ ਕਰ ਸਕਦੇ ਆ ਨਵਰਾਜ ਸਾਹਿਬ ਵੱਡੇ ਬੇਟੇ ਆ ਉਹ ਫਿਲਮਾਂ ਵੀ ਕਰ ਰਹੇ ਆ ਗਾਉਂਦਾ ਵੀ ਚੰਗਾ ਭਲਾ ਜੀ ਮਾਲਕ ਦੀ ਦਇਆ ਨਾਲ ਸੁਰ ਚ ਤੇ ਜੋ ਵੀ ਛੋਟਾ ਸੱਤ ਫਿਲਮਾਂ ਉਹਦੀਆਂ ਰਿਲੀਜ਼ ਹੋ ਗਈਆਂ ਸੱਤੇ ਮਾਲਕ ਦੀ ਦਇਆ ਨਾਲ ਹਿੱਟ ਹੈ ਹੁਣ ਰੀਸੈਂਟਲੀ ਉਹਦਾ ਗਾਣਾ ਆਇਆ ਪਾਣੀ ਪਾਣੀ ਤੇ ਵੱਡੇ ਦਾ ਗਾਣਾ ਵੀ ਪਰਸੋਂ ਰਿਲੀਜ਼ ਹੋਇਆ ਸੋ ਮੈਂ ਖੁਸ਼ਨਸੀਬ ਹਾਂ ਹਰ ਬੰਦਾ ਇਹ ਚਾਹੁੰਦਾ ਕਿ ਮੇਰੇ ਬੱਚੇ ਵੀ ਅੱਗੋਂ ਕਾਮਯਾਬ ਹੋਣ ਇਹ ਜ਼ਰੂਰੀ ਨਹੀਂ ਹੈ ਫੋਰਸਫੁਲੀ ਨਹੀਂ ਤੁਸੀਂ ਕਰ ਸਕਦੇ ਬੱਚੇ ਕਿਸੇ ਬੰਨੇ ਵੀ ਚੱਲ ਸਕਦੇ ਆ ਪਹਿਲਾਂ ਉਹ 3-4 ਸਾਲ ਇੱਥੇ ਪੜ੍ਹੇ ਆ ਉਹ ਯੂਨੀਵਰਸਿਟੀ ਔਰ ਬਰਮਿੰਗਮ ਇੰਗਲੈਂਡ ਦੇ ਵਿੱਚ ਬਰਮਿੰਗਮ ਪੜ੍ਹਿਆ ਗਿਆ ਫਿਰ ਉਹ ਕਹਿਣ ਲੱਗੇ ਡੈਡੀ ਸਾਨੂੰ ਲੋਕੀ ਇੱਥੇ ਤੁਹਾਨੂੰ ਪਤਾ ਉਹ ਤੁਹਾਡੇ ਭਤੀਜੇ ਆ ਪਾਰਟੀਆਂ ਪੁਰਟੀਆਂ 'ਚ ਗਏ ਕਹਿੰਦੇ ਲੋਕੀ ਕਹਿੰਦੇ ਤੁਹਾਡੇ 'ਚ ਟੈਲੈਂਟ ਬਹੁਤ ਹੈ ਮੈਂ ਕਿਹਾ ਕਾਹਦਾ ਟੈਲੈਂਟ ਹੋ ਕਹਿੰਦਾ ਮੈਂ ਬੰਬੇ ਜਾਣਾ ਵੱਡਾ ਅੱਛਾ ਜੀ ਠੀਕ ਹੈ ਅਤੇ ਮੈਂ ਜਦੋਂ ਦੇਖਿਆ ਮੈਂ ਕਿਹਾ ਬੱਚਾ ਫਿਰ ਉਹੀ ਜਿੱਦਾਂ ਮੈਂ ਸਟਰਗਲ ਕਰਦਾ ਸੀ ਇਹਨੂੰ ਕਰਨੀ ਪਏਗੀ ਜ਼ੀਰੋ ਤੋਂ ਔਰ ਉਹਨੇ ਕੀਤੀ ਹੈ ਇੰਗਲੈਂਡ ਚ ਅੱਧੀ ਕਿਤੇ ਟ੍ਰੇਨਿੰਗ ਹੋ ਗਈ ਸੀ ਜਦੋਂ ਖੁਦ ਸੈਂਡਵਿਚ ਬਣਾਉਂਦਾ ਸੀ ਬੱਸ ਤੇ ਵੀ ਜਾਂਦਾ ਸੀ ਪੜ੍ਹਨ ਕਿਉਂਕਿ ਉੱਥੇ ਜਿਹੜੀਆਂ ਗੱਡੀਆਂ ਛੱਡੀਆਂ ਨੌਕਰ ਨੌਕਰ ਉਹ ਇੱਥੇ ਤਾਂ ਨਹੀਂ ਸੀ ਤੇ ਮੈਂ ਉਹਨੂੰ ਕਿਹਾ ਇਹ ਜਰਾ ਜ਼ਮੀਨ ਨਾਲ ਇਹਦਾ ਤਾਰਫ ਕਰਾਓ ਫਿਰ ਉਹਨੇ ਬੰਬੇ 3-wheeler ਤੇ ਵੀ ਰਿਹਾ ਕਿਰਾਏ ਤੇ ਰਿਹਾ ਹੌਲੀ 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 ਲੱਗਾ ਰਿਹਾ ਤੇ ਉਹਦਾ ਵੀ ਕੰਮ ਬਣ ਗਿਆ ਤੇ ਛੋਟੂ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਉਹ ਯੂਥ ਫੈਸਟੀਵਲ 'ਚ ਗਾ ਰਿਹਾ ਸੀ ਕੁਛ ਲੋਕ ਆਏ ਕਹਿਣ ਲੱਗੇ ਕਿ ਤੁਹਾਡਾ ਮੁੰਡੇ ਦਾ ਕੱਦ ਕਾਠ ਵਾਹ ਵਾਹ ਤੇ ਠੀਕ ਕਰ ਰਿਹਾ ਸੀ ਉੱਥੇ ਐਕਟਿੰਗ ਉਕਟਿੰਗ ਕੋ ਗਾਣਾ ਗਾ ਯੁਵਰਾਜ ਸਿੰਘ ਤੇ ਕਹਿ ਮੈਂ ਆਖੇ ਇਹਨੂੰ ਹੀਰੋ ਬਣਾ ਦਈਏ ਤੁਸੀਂ ਮਾਇੰਡ ਤਾਂ ਨਹੀਂ ਕਰਦੇ ਮੈਂ ਕਿਹਾ ਇਹੋ ਜਿਹੀਆਂ ਗੱਲਾਂ ਬਾਰੇ ਅਸੀਂ ਮਾਇੰਡ ਕਰ ਦਿੰਦੇ ਜਿੰਨੀ ਜਲਦੀ ਹੋ ਸਕਦਾ ਇਹਨੂੰ ਲਿਜਾਓ ਯਾਰ ਔਰ ਇੱਕ ਬਾਪ ਲਈ ਬੜਾ ਵੱਡੀ ਗੱਲ ਬਾਜੀ ਕਿ ਉਹ ਬਾਪੂ ਵਾਲੇ ਨਾਲ ਡਾਂਗਾ ਮਾਰਦੇ ਸੀ ਜਦੋਂ ਫਿਲਮ ਦੇਖਦੇ ਉਹ ਮੈਂ ਕਹਿਣ ਲੱਗਾ ਬਾਪੂ ਵਾਲੇ ਯਾਦ ਨਹੀਂ ਆਈ ਗੱਲ ਉਹ ਤਾਂ ਬਹੁਤ ਯਾਦ ਆਈ ਪਰ ਉਹਨਾਂ ਦੇ ਜੋਤੀਆਂ 'ਚ ਸਦਕਾ ਹੀ ਆ ਜੀ ਜੀ ਮਾਂ ਪਿਓ ਹੀ ਰੱਬ ਹੁੰਦਾ ਪਹਿਲਾਂ ਜੀ ਜੀ ਉਹ ਜੇ ਝਿੜਕਦੇ ਵੀ ਸੀ ਹੁਣ ਮੈਨੂੰ ਸਮਝ ਆਇਆ ਕਿ ਉਹ ਝਿੜਕਦੇ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜੇ ਸ਼ੌਟ ਵੀ ਕਰਨ ਤੇ ਆਰਾਮ ਨਾਲ ਮਜ਼ੇ ਨਾ ਖਾ ਲਿਆ ਕਰੋ ਤੇ ਤੁਹਾਨੂੰ ਅੱਗੇ ਜਾ ਕੇ ਕੰਮ ਆਏਗਾ ਮਾਂ ਪਿਓ ਕਦੀ ਬੁਰਾ ਨਹੀਂ ਸੋਚਦਾ ਕਦੇ ਨਹੀਂ ਬੁਰਾ ਸੋਚਦਾ ਤੇ ਫਿਰ ਬੱਚਿਆਂ ਦੀਆਂ ਫਿਲਮਾਂ ਦੇ ਪ੍ਰੀਮੀਅਰ ਤੇ ਮੈਂ ਜਾਣਾ ਬਹੁਤ ਜ਼ਿਆਦਾ ਦਖਲ ਨਹੀਂ ਮੈਂ ਦਿੰਦਾ ਦੋਨਾਂ ਦੇ ਕੰਮ 'ਚ ਲੇਕਿਨ ਉਹ ਦੋਨੇ ਮਾਲਕ ਦੀ ਦਇਆ ਨਾਲ ਕਾਮਯਾਬ ਆ ਤੇ ਤੁਸੀਂ ਖੁਸ਼ ਹੋਵੋਗੇ ਕਿ ਸਾਡੇ ਘਰ ਛੋਟੇ ਛੋਟੇ ਬੱਚੇ ਵੀ ਆ ਉਹ ਮੇਰੇ ਭਤੀਜੇ ਆ
ਮੇਰੇ ਛੋਟਾ ਭਰਾ ਅਮਰੀਕ ਸਿੰਘ ਅੱਛਾ ਉਹਦੇ ਦੋ ਬੇਟੇ ਇੱਕ ਬੇਟੀ ਉਹ ਸਮਝੋ ਉਹਨੂੰ ਚਾਚਾ ਚਾਚੀ ਕਹਿੰਦੇ ਆ ਤੇ ਸਾਨੂੰ ਡੈਡੀ ਮੈਨੂੰ ਤੇ ਉਹ ਫਿਰ ਛੋਟੇ ਬੱਚੇ ਵੀ ਫਿਲਮ ਚ ਆ ਰਹੇ ਮਤਲਬ ਮੇਰਾ ਕੋਈ ਖਾਨਦਾਨੀ ਇਹ ਕੰਮ ਨਹੀਂ ਸੀ ਹੁਣ ਉਹ ਨਹੀਂ ਕਹਿ ਸਕਦੇ ਸਾਡਾ ਕੰਮ ਹੁਣ ਕੰਮ ਚੱਲ ਨਿਕਲਿਆ ਚੱਲ ਪਿਆ ਤੇ ਬਾਬਾ ਜੀ ਦੀ ਦਇਆ ਨਾਲ ਅੱਜ ਤੱਕ ਠੀਕ ਆ ਕੱਲ ਜੋ ਉਹਦੀ ਮੌਜ ਹੈ ਡਰਦੇ ਰਹਿਣਾ ਚਾਹੀਦਾ ਮਾਲਕ ਤੋਂ ਮੈਂ ਤਾਂ ਅੱਜ ਕੱਲ ਦੋ ਹੀ ਕੰਮ ਕਰਦਾ ਅੱਜ ਸ਼ੋ ਸ਼ੋ ਤਾਂ ਚਲੋ ਇਹਨਾਂ ਆਪਣੇ ਮੇਰੇ ਦੋਸਤ ਆ ਆ ਜਿਹੜੇ ਸ਼ੋ ਹੋਏ ਨਾ ਦੋਸਤ ਆ ਸਾਡੇ ਵੀ ਜੀ ਕਰ 8-10 ਸਾਲ ਬਾਅਦ ਮੈਂ ਤੇ ਮੈਂ ਆਨੰਦ ਸਾਹਿਬ ਹੈ ਮਧੂ ਰੈਸਟੋਰੈਂਟ ਵਾਲੇ ਸੰਜੇ ਆਨੰਦ ਸਾਹਿਬ ਉਹਨਾਂ ਨੇ ਇੱਥੇ ਇਤਿਹਾਸ ਰੈਸਟੋਰੈਂਟ ਸ਼ਾਇਦ ਸੁਣਿਆ ਹੋਵੇ ਰਾਣਾ ਸਾਹਿਬ ਜੀ 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 ਇਹਨਾਂ ਨੇ ਰਲ ਕੇ ਦੋਸਤੀ ਵਿੱਚੋਂ ਇਹ ਟੂਰ ਕੱਢਿਆ ਜੀ ਜੀ ਵਰਨਾ ਮੈਂ ਖੁਸ਼ ਸੈਟਿਸਫਾਈਡ ਐਂਡ ਹੈਪੀਐਸਟ ਬੰਦਾ ਐਸੀ ਕੋਈ ਗੱਲ ਨਹੀਂ ਮੈਂ ਰੱਬ ਦਾ ਸ਼ੁਕਰ ਕਰਦਾ ਰਹਿੰਦਾ ਔਰ ਮਾਫੀਆਂ ਮੰਗਦਾ ਰਹਿੰਦਾ ਜ਼ਿੰਦਗੀ ਦੇ ਸਕੂਨ ਆ ਗਾ ਵੀ ਚੁੱਕੇ ਹੋ ਐਕਟਿੰਗ ਵੀ ਕਰ ਚੁੱਕੇ ਹੋ ਬੱਚੇ ਵੀ ਪਾਲ ਚੁੱਕੇ ਹੋ ਡੈਡੀ ਵੀ ਆਪਣੇ ਬੱਚਿਆਂ ਦੇ ਸਿਰ ਤੇ ਉਹਨਾਂ ਉਹਨਾਂ ਨੂੰ ਵੀ ਇੱਕ ਇੱਕ ਫਾਦਰ ਹੋਣ ਦੇ ਨਾਤੇ ਸਰ ਜ਼ਰੂਰੀ ਆ ਕਿ ਬੱਚੇ ਨੂੰ ਉਹ ਤਾਲੀਮ ਦਿੱਤੀ ਜਾਵੇ ਜੋ ਤੁਸੀਂ ਕਹਿ ਕੇ ਇੱਕ ਧਰਤੀ ਦੇ ਨਾਲ ਇਹਦਾ ਮੇਲ ਹੋਵੇ ਇੱਕ ਸਟਰਗਲ ਦੇ ਵਿੱਚ ਇਹਨੂੰ ਤਾਂ ਪਤਾ ਲੱਗੇ ਵੀ ਕਿਉਂਕਿ ਹੰਸਰਾਜ ਦਾ ਹੰਸ ਦਾ ਮੁੰਡਾ ਤੇ ਆਪਾਂ ਕਹਿ ਸਕਦੇ ਵੀ ਉਹਨੂੰ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਪਰ ਤੁਸੀਂ ਬੜਾ ਇਸ ਦੇ ਵਿੱਚ ਕੀਤਾ ਕਿ ਇਹ ਬਹੁਤ ਜ਼ਰੂਰੀ ਕਿ ਉਹਨੂੰ ਪਤਾ ਲੱਗੇ ਇਹ ਕੀ ਕੁਆਲੀਫਿਕੇਸ਼ਨ ਹੈ ਕਿ ਮੈਂ ਹੰਸਰਾਜ ਹੰਸ ਦਾ ਮੁੰਡਾ ਜਾਂ ਹੋਰ ਕਿਸੇ ਦਾ ਫਲਾਂ ਦਾ ਇਹ ਕੋਈ ਕੁਆਲੀਫਿਕੇਸ਼ਨ ਨਹੀਂ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਇਹ ਹੈ ਕਿ ਬੱਚਿਆਂ ਨੂੰ ਇਹ ਤਾਲੀਮ ਦਿਓ ਕਿ ਇੱਕ ਦਿਨ ਲੋਕ ਕਹਿਣ ਮੈਨੂੰ ਹੁਣ ਕਹਿਣ ਲੱਗ ਪਏ ਲੋਕ ਛੋਟੇ ਬੱਚੇ ਕਈ ਨਹੀਂ ਮੈਨੂੰ ਪਛਾਣਦੇ ਉਹ ਮਾਪੇ ਕਹਿੰਦੇ ਹੰਸਰਾਜ ਹੰਸ ਦੇਖਣਾ ਕਹਿੰਦੇ ਕੌਣ ਕਹਿੰਦੇ ਯੂਵੀ ਦਾ ਡੈਡੀ ਨਵਰਾਜ ਦਾ ਡੈਡੀ ਅਤੇ ਮੈਂ ਖੁਸ਼ ਹੁੰਦਾ ਮੈਂ ਇਹ ਸੁਣ ਕੇ ਖੁਸ਼ ਜ਼ਿਆਦਾ ਹੁੰਦਾ ਜੀ ਔਰ ਸਰ ਇਸ ਤੋਂ ਸੰਗੀਤ ਤੋਂ ਇਲਾਵਾ ਤੁਸੀਂ ਪੋਲੀਟਿਕਸ ਦੇ ਵਿੱਚ ਵੀ ਪੈ ਰੱਖਿਆ ਪੋਲੀਟਿਕਸ ਔਰ ਤੁਸੀਂ ਹਰ ਰੰਗ ਕਹਿੰਦੇ ਕਿ ਪੰਗੇ ਲੈ ਲਏ ਮਾਨਕ ਸਾਹਿਬ ਦੇ ਨਾਲ ਵੀ ਮੇਰੇ ਜ਼ਿਕਰ ਹੋਏ ਸੀ ਉਹ ਵੀ ਕਹਿੰਦੇ ਕਹਿੰਦਾ ਮੈਂ ਤਾਂ ਜਾਊਂਗਾ ਮੈਂ ਤਾਂ ਕਿਹਾ ਮੈਂ ਤਾਂ ਖੜਾਊਂਗਾ ਪੋਲੀਟਿਕਸ ਉਹਦੇ ਬਾਰੇ ਦੱਸੋ ਤੁਹਾਡੇ ਉਹ ਸਫ਼ਰ ਤੁਹਾਡਾ ਕਿਵੇਂ ਉਹ ਪੋਲੀਟਿਕਸ ਵਿੱਚ ਮੈਂ ਸਾਡੇ ਜਿਹੜੇ ਕੁਛ ਸਿਆਣੇ ਲੋਕ ਆ ਜੀ ਸਰ ਉਹਨਾਂ ਨੇ ਮੈਨੂੰ ਸਮਝਾਇਆ ਕਿ ਦੇਖ ਤੂੰ ਕਿੰਨੀ ਸਟਰਗਲ ਕੀਤੀ ਅਤੇ ਤੂੰ ਆਪਣੇ ਆਪ ਲਈ ਤਾਂ ਬਹੁਤ ਕੁਛ ਕੀਤਾ ਕੁਛ ਹੋਰਾਂ ਲਈ ਵੀ ਕੁਛ ਕਰ ਉਹ ਫਿਰ ਮੈਂ ਕਨਵਿੰਸ ਹੋ ਗਿਆ ਮੈਂ ਇਲੈਕਸ਼ਨ ਲੜਿਆ ਇਲੈਕਸ਼ਨ ਲੜਦਿਆਂ ਲੜਦਿਆਂ ਹੀ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੈਨੂੰ ਸਿਆਸਤ ਦੀ ਨਹੀਂ ਸਮਝ ਹਾਂ ਜਿਹੜੀ ਚੀਜ਼ ਦੀ ਸਮਝ ਨਾ ਹੋਵੇ ਜਿਸ ਅਹੁਦੇ ਨੂੰ ਤੁਸੀਂ ਜਾਂ ਜਿਸ ਰੁਤਬੇ ਨੂੰ ਜਸਟੀਫਾਈ ਨਾ ਕਰ ਸਕੋ ਜਿਸ ਜੋਬ ਨੂੰ ਉਹ ਛੱਡ ਦੇਣੀ ਚਾਹੀਦੀ ਹੈ ਮੈਂ ਫਿਰ ਅਸਤੀਫਾ ਦੇ ਦਿੱਤਾ ਸੀ ਰਿਜ਼ਾਈਨ ਕਰਤਾ ਸੀ ਕਿਉਂਕਿ ਮੈਨੂੰ ਸਿਆਸਤ ਸਮਝ ਨਹੀਂ ਆਈ ਇਲੈਕਸ਼ਨ ਜ਼ਰੂਰ ਦੈਟਸ ਵੈਰੀ ਗੁੱਡ ਸਿਆਸਤਦਾਨ ਜਿਹੜਾ ਹੁੰਦਾ ਉਹ ਤਮਾਮ ਉਮਰ ਉਹ ਜਮਾਂਦਰੂ ਹੀ ਸਿਆਸਤਦਾਨ ਹੁੰਦਾ ਉਹਦਾ ਉੱਦਾਂ ਦਾ ਹੀ ਜ਼ਿਹਨ ਹੁੰਦਾ ਦਿਮਾਗ ਹੁੰਦਾ ਤਾਂ ਉਹ ਛੱਡਦਾ ਨਹੀਂ ਭਾਵੇਂ ਜਿੱਤ ਜਾਵੇ ਭਾਵੇਂ ਹਾਰ ਜਾਏ ਉਹ ਛੱਡਦਾ ਨਹੀਂ ਕਿਉਂਕਿ ਮੈਨੂੰ ਸਮਝ ਲੱਗ ਗਈ ਸੀ ਕਿ ਮੇਰੇ ਵੱਸ ਦਾ ਰੋਗ ਨੀਗਾ ਫਿਰ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਯਕੀਨ ਕੀਤਾ ਟਿਕਟ ਦਿੱਤੀ ਅਤੇ ਲੇਕਿਨ ਮੈਂ ਅੱਗੋਂ ਕੰਟੀਨਿਊ ਨਹੀਂ ਕਰ ਸਕਦਾ ਕਿਉਂਕਿ ਸਮਝ ਹੀ ਨਹੀਂ ਸੀ ਆਉਂਦੀ ਕੁਛ ਕਰਨ ਲਈ ਤਾਂ ਉੱਥੇ ਮੌਕਾ ਮਿਲਦਾ ਨਹੀਂ ਕਿਸੇ ਨੂੰ ਜੀ 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 ਇਸ ਤੋਂ ਜਿੱਦਾਂ ਤੁਸੀਂ ਕਹਿ ਕੇ ਪਹਿਲਾਂ ਇੱਥੇ ਸ਼ੋਅ ਕਰਨ ਹੁਣ ਸਕੂਨ ਦੇ ਵਿੱਚ ਹੋ ਕਦੇ ਕਦੇ ਯਾਰ ਦੋਸਤ ਬੁਲਾ ਲੈਂਦੇ ਸ਼ੋਅ ਉਸ ਸਮੇਂ ਦੇ ਵਿੱਚ ਅਤੇ ਇਸ ਸਮੇਂ ਦੇ ਵਿੱਚ ਕੋਈ ਫਰਕ ਪਿਆ ਸੰਗੀਤ ਦੇ ਤੌਰ 'ਤੇ ਜਾਣ ਕਿ ਜੋ ਅੱਜ ਕੱਲ੍ਹ ਸੰਗੀਤ ਚੱਲ ਰਿਹਾ ਹੈ ਕਿਉਂਕਿ ਤੁਸੀਂ ਬੜੀ ਦੇਰ ਤੋਂ ਇਸ ਲਾਈਨ ਦੇ ਵਿੱਚ ਹੋ ਤੁਸੀਂ ਇਸ ਸੰਗੀਤ ਦੇ ਮੁੱਢ ਹੋ ਯੂਨੀਵਰਸਿਟੀ USA ਦੇ ਵਿੱਚ ਵੀ ਪੜ੍ਹਾਉਂਦੇ ਹੋ ਨਸਰਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਨਜ਼ਦੀਕ ਦੇ ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੋ ਅੱਜ ਦਾ ਸੰਗੀਤ ਦਾ ਚੱਲ ਰਿਹਾ ਦੌਰ ਜਿਹੜਾ ਟ੍ਰੈਂਡ ਹੈ ਉਹ ਬਦਲਦੇ ਰਹਿੰਦੇ ਆ ਪਰਿਵਰਤਨਸ਼ੀਲ ਹੈ ਦਿਸ ਇਜ਼ ਲਾਅ ਆਫ ਨੇਚਰ ਉਹ ਬਸ ਜ਼ਿੰਦਗੀ ਜਿੱਦਾਂ ਚੱਲਦੀ ਹੈ ਜਿਸ ਤਰ੍ਹਾਂ ਦੀ ਉਦੋਂ ਜ਼ਿੰਦਗੀ ਇਸ ਤਰ੍ਹਾਂ ਦੀ ਨਹੀਂ ਸੀ ਹੁੰਦੀ ਜਦੋਂ ਗਾਣੇ ਆਪਾਂ ਯਮਲਾ ਜੱਟ ਦੇ ਸੁਣਦੇ ਸੀ ਜੀ ਜੀ ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ ਦਾ ਬੋਲ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾਂ ਲਾ ਲਾ ਵੇਂਦੀ ਦੁਨੀਆਂ ਸਾਰੀ ਜੀ ਜੀ ਨਾਨਕ ਦੀਆਂ ਗੁੱਜੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਜਿਹਨੇ ਸਭ ਜਗ ਆਪਣਾ ਸਮਝ ਲਿਆ ਉਹ ਆਪਣਾ ਬੇਗਾਨਾ ਕੀ ਜਾਣੇ ਗੁਰੂ ਨਾਨਕ ਸਾਹਿਬ ਇੱਕ ਐਸੀ ਹਸਤੀ ਸੀ ਉਹ ਸੂਫੀਆਂ ਦੇ ਪੀਰਾਂ ਨੇ ਪੀਰ ਉਹ ਪੂਰੀ ਦੁਨੀਆਂ ਦੇ ਗੁਰੂ ਜਿਹੜੇ ਪੈਦਲ ਘੁੰਮ ਘੁੰਮ ਕੇ ਨਾ ਕਿਸੇ ਦੀ ਜ਼ਾਤ ਪੁੱਛਦੇ ਸੀ ਨਾ ਮੁਲਕ ਦੇਖਦੇ ਸੀ ਇਹ ਹਿਊਮਨ ਬੀਇੰਗ ਨੂੰ ਪ੍ਰਚਾਰ ਕਰਦੇ ਸੀ ਸੋ ਆਪਾਂ ਨੂੰ ਵੀ ਚਾਹੀਦਾ ਜਿਹੜੇ ਵੀ ਕੰਮ ਵਿੱਚ ਹੈ ਆਪਾਂ ਜੋੜਨ ਲਈ ਮੁਹੱਬਤ ਕਰਨ ਲਈ
कोई रोल अदा करिए, नफरत ले कुछ ना करिए। जी 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 जी। और हंसपा जी स्टेज ना ला रहे हैं, तो कोई नवा गीत आने वाला है जो तुसी तुहाडे दिल दे विच चाह है कि हो रिकॉर्डिंग करोगे या नहीं करोगे? रिकॉर्डिंग होर करांगे। अच्छा जी, क्या बात है। हुण मैं रीस्टार्ट किया, बच्चों की भी ख्वाहिश है। जी जी। कहते यार इधर फिर कहे बापू हंब गया। बापू ना अपना रखना चाहिए। मैं कर दें कुछ। जी जी। कहते तिना का भी कुछ हो सकता है। करांगे कुछ, हम कर देंगे। जी जी जी। और सर जाने तो पहला ब्रिटिशिया का और सुखी भाजी ताड़ी सारी टीम का मैं बहुत शुक्र गुजार हाँ। मैं यूरोप भी जाना, जिते भी जाना चैनल देखता रहना। मेहरबानी। पंजाबी के गाने बड़े कंटिन्यू चलते रहते, अच्छी इंटरव्यूज भी तुम मैंने याद किया, बड़ी मेहरबानी। और जान तो पहले कुछ संदेश साढ़े संगीत वास्ते ज बच्चों वास्ते, क्योंकि जिदा मैं दसिया कि संगीत घर निकले साढ़े वास्ते एक मैसेज लैके आए। जिस तरह कहते देर इज नो अल्टरनेटिव ऑफ लव, जिन्हें लव और मुहब्बत करनी है संगीत जरूरी है। संगीत अपने आप हिरदे नूं दिल नूं मुलायम बनाउंदा, ते सारी दुनिया तुहानूं अपनी लगन लग पैंदी, कोई पराया नहीं लगता। अदरवाइज लोकी मजहब मजहब दा दुश्मन, मेरे मुर्शिद मेरे हजूर महाराज जी फरमाया करदे सन कि मजहब मजहब दा दुश्मन है मुल्क, मुल्क दा दुश्मन है भाई, भाई दा दुश्मन है। चाहीदा यह भरावा कि मालक दे ख्याल च जा के ओहदा जिक्र करो, ओहदा नाम लवो, ताकि तुहानूं सारा जग अपना लगे। सर तुहाडा बहुत बहुत धन्यवाद।